ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਤੁਹਾਡੇ ਨਾਲ ਅਮਨ ਲੂਣਾ। ਭਗੌੜਿਆਂ ਦੇ ਮਾਮਲਿਆਂ ਵਿੱਚ ਚੰਡੀਗੜ੍ਹ ਦੀ ਪੀਓ ਸੈੱਲ ਦੀ ਟੀਮ ਨੇ ਡਬਲ ਸੈਂਚਰੀ ਮਾਰ ਦਿੱਤੀ ਹੈ, ਯਾਨੀ ਕਿ ਦੋਹਰਾ ਸ਼ਤਕ। ਤੁਹਾਨੂੰ ਦੱਸਦੇ ਹਾਂ, ਸਾਡੇ ਨਾਲ ਹੈਗੇ ਹੈ DSP ਦਿਲਸ਼ੇਰ ਸਿੰਘ ਚੰਦੇਲ ਜੀ। ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ, ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ, ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ, ਬਦ ਇੰਤਜ਼ਾਮੀਆਂ, ਖੱਜਲ ਖੁਆਰੀਆਂ। ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ, ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ, ਤਾਏ, ਪਿਓ, ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ, ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ, ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ। ਜੋ ਪੀਓ ਸੈੱਲ ਦੇ ਇੰਚਾਰਜ ਹੈ, ਇਹਨਾਂ ਨਾਲ ਪੀਓ ਨੂੰ ਲੈ ਕੇ ਗੱਲਬਾਤ ਕਰਾਂਗੇ। ਸਰ ਨਮਸਕਾਰ। ਨਮਸਕਾਰ ਸਰ। ਪੀਓ ਸੈੱਲ ਦੇ ਕਿੰਨੇ ਮੁਲਜ਼ਮ ਫੜੇ ਆ ਜਿਹੜੇ ਕਾਫੀ ਦੇਰ ਤੋਂ ਫਰਾਰ ਚੱਲ ਰਹੇ ਸੀਗੇ? ਸਾਨੂੰ ਥੋੜ੍ਹਾ ਬਰੀਫ ਕਰ ਦਿਓ ਜੀ। ਇਹ ਜਿਹੜੇ ਕਾਫੀ ਲੰਬੇ ਸਮੇਂ ਤੋਂ ਗ੍ਰਿਫਤਾਰ ਸੀ ਪੀਓ, ਸਾਡੀਆਂ ਜਿਹੜੀਆਂ ਟੀਮਾਂ ਹੈਗੀਆਂ ਉਹ ਸਾਰੇ ਪੰਜਾਬ 'ਚ, ਹਰਿਆਣਾ, ਹਿਮਾਚਲ, ਪੂਰੇ ਭਾਰਤ 'ਚ ਜਿਹੜੀਆਂ ਅਸੀਂ ਇਹ ਟੀਮਾਂ ਭੇਜਦੇ ਹਾਂ, ਅਲੱਗ ਅਲੱਗ ਟੀਮਾਂ ਬਣੀਆਂ ਵੀ ਆ। ਅਤੇ ਅਸੀਂ ਇਸ ਸਾਲ ਦੇ ਵਿੱਚ 280 ਭਗੌੜੇ ਆ ਜਿਹੜੇ ਉਹ ਪਕੜ ਕੇ ਅਦਾਲਤ ਵਿੱਚ ਪੇਸ਼ ਕੀਤੇ, ਔਰ ਜਿਨ੍ਹਾਂ 'ਚੋਂ 193 ਭਗੌੜੇ ਸਟੇਟ ਕੇਸ ਦੇ ਹੈ, ਔਰ 87 ਭਗੌੜੇ ਹੈਗੇ ਜਿਹੜੇ ਉਹ 138 NI ਐਕਟ ਦੇ ਹੈਗੇ। ਸੋ ਇਹ ਬਹੁਤ ਬੜੀ ਜਿਹੜੀ ਹੈਗੀ ਗ੍ਰਿਫਤਾਰੀ ਹੈ, ਬਈ ਇੰਨੇ ਭਗੌੜੇ ਅੱਜ ਤੱਕ ਪਹਿਲਾਂ ਕਦੇ ਵੀ ਪਹਿਲੇ ਸਾਲਾਂ 'ਚ ਪਕੜੇ ਨਹੀਂ ਗਏ। ਸੋ ਇਹ ਪੀਓ ਸੈੱਲ ਦੀ ਜਿਹੜੀ ਟੀਮ ਹੈ ਇਹ ਲਗਾਤਾਰ ਇਹ ਆਪਣੀਆਂ ਕੋਸ਼ਿਸ਼ਾਂ ਕਰਦੀ ਰਹਿੰਦੀ, ਜਿਹੜੇ ਵੀ ਭਗੌੜੇ ਕੋਰਟ ਤੋਂ ਡਿਕਲੇਅਰ ਹੁੰਦੇ ਹੈ ਔਰ ਭੱਜ ਜਾਂਦੇ ਹੈ, ਅਦਾਲਤ ਨੂੰ ਆਪਣਾ ਧੱਤਾ ਦੱਸਦੇ ਹੈ, ਉਹਨਾਂ ਨੂੰ ਇਹ ਸਾਡੀਆਂ ਟੀਮਾਂ ਜਿਹੜੀਆਂ ਪਕੜ ਕੇ ਅਦਾਲਤ ਵਿੱਚ ਪੇਸ਼ ਕਰਦੀਆਂ। ਸਰ, ਇਹਨਾਂ ਵਿੱਚੋਂ ਕੋਈ ਇੱਦਾਂ ਦੇ ਭਗੌੜੇ ਵੀ ਆ ਜਿਹੜੇ 20-25 ਸਾਲ ਤੋਂ ਫਰਾਰ ਹੈ, ਅਤੇ ਪੁਲਿਸ ਦੀ ਕੜੀ ਮੁਸ਼ਕਤ ਤਾਂ ਰਹਿੰਦੀ ਹੈ, ਅਤੇ ਕਿਸ ਤਰ੍ਹਾਂ ਪੁਲਿਸ ਇਹਨੂੰ ਲਾਈਜ਼ਨਿੰਗ ਕਿੱਦਾਂ ਰਹਿੰਦੀ ਪੁਲਿਸ ਦੀ, ਕਿੱਦਾਂ ਇਹਨਾਂ ਕੋਲ ਇਹਨਾਂ ਤੱਕ ਪਹੁੰਚਿਆ ਜਾਂਦਾ ਆਪਾਂ ਨੂੰ? ਨਹੀਂ, ਪੁਲਿਸ ਕੋਲ ਇਹਨਾਂ ਦੇ ਐਡਰੈਸਿਸ ਹੁੰਦੇ ਆ। ਅੱਜ ਕੱਲ੍ਹ IT ਦਾ ਜ਼ਮਾਨਾ ਹੈ, ਕੁਛ ਮੋਬਾਈਲ ਦੇ ਜ਼ਰੀਏ ਕੁਛ ਸੀਕ੍ਰੇਟ ਇਨਫੋਰਮਰ ਦੱਸ ਦਿੰਦੇ ਆ, ਔਰ ਕੁਛ ਸਾਡੀਆਂ ਟੀਮਾਂ ਆਪਣੀ ਮਿਹਨਤ ਕਰਦੀਆਂ ਉਹਨਾਂ ਦੇ ਪਿੱਛਾ ਕਰਕੇ ਉਹਨਾਂ ਨੂੰ ਪਕੜ ਕੇ ਲਿਆਉਂਦੀਆਂ। ਅਤੇ ਸਰ, 280 ਤਾਂ ਮਾਤਰਾ ਬਹੁਤ ਜ਼ਿਆਦਾ ਹੋ ਗਈ ਹੈ PO ਦੀ ਫੜਨ ਦੀ, ਅਤੇ ਆਪਾਂ ਇਹ ਕਹਿ ਸਕਦੇ ਵੀ ਸਭ ਫੜੇ ਜਾਣਗੇ? ਹਾਂ, ਅਸੀਂ ਤਾਂ ਹਰ ਵੇਲੇ ਇਹਨਾਂ ਨੂੰ ਪਕੜਨ ਵਾਸਤੇ ਸਾਡੀਆਂ ਟੀਮਾਂ ਲੱਗੀਆਂ ਵੀਆਂ, ਸਾਰਿਆਂ ਨੂੰ ਪਕੜ ਕੇ ਅਦਾਲਤ 'ਚ ਅਸੀਂ ਜਿੰਨੇ ਵੀ ਭਗੌੜੇ ਆ ਉਹਨਾਂ ਨੂੰ ਪੇਸ਼ ਕਰ ਦੇਈਦਾ। ਸਰ, ਸੀਨੀਅਰ ਅਫਸਰਾਂ ਦੀ ਤਾਂ ਸੁਪਰਵੀਜ਼ਨ ਰਹਿੰਦੀ ਹੈ, ਜਿੱਦਾਂ ਤੁਹਾਡੀ ਵੀ ਸੁਪਰਵੀਜ਼ਨ ਹੈ ਇਹ PO ਸੈੱਲ ਦੇ ਹੈ, ਅਤੇ ਬਾਕੀ ਹੋਰ ਕਿਹੜੇ ਕਿਹੜੇ ਹੈਗੇ ਇੰਸਪੈਕਟਰ ਅਤੇ ਜਿਹੜੇ ਸਬ ਇੰਸਪੈਕਟਰ ਹੈ ਜਿਨ੍ਹਾਂ ਦੀ ਸੁਪਰਵੀਜ਼ਨ ਵਿੱਚ ਅੱਗੇ ਟੀਮਾਂ ਭੇਜੀਆਂ ਜਾਂਦੀਆਂ ਰੇਡ 'ਤੇ? ਇੱਕ ਇੰਸਪੈਕਟਰ ਹੈ, ਬਾਕੀ ਥੱਲੇ ਉਹਦੇ 75 ਕੁ ਬੰਦੇ ਹੈਗੇ ਆ, ਅਤੇ ਇੰਸਪੈਕਟਰ ਸਾਹਿਬ ਸਾਡੇ ਨਾਲ ਉਹਨਾਂ ਦਾ ਰਾਫਤਾ ਰਹਿੰਦਾ, ਅਤੇ ਸਾਡਾ ਸੀਨੀਅਰ ਅਫਸਰ SSP ਮੈਡਮ ਦਾ ਵੀ ਸਾਡੇ 'ਤੇ ਸੁਪਰਵੀਜ਼ਨ ਰਹਿੰਦੀ ਹੈਗੀ, ਉਹਨਾਂ ਨੂੰ ਵੀ ਅਸੀਂ ਇਹਦੇ ਬਾਰੇ 'ਚ ਇਨਫੋਰਮੇਸ਼ਨ ਦਿੰਦੇ ਰਹਿੰਦੇ, ਅਤੇ ਉਹਨਾਂ ਦੀਆਂ ਗਾਈਡਲਾਈਨਸ ਦੇ ਮੁਤਾਬਕ ਇਹ ਸਾਰਾ ਸੈੱਲ ਹੈ ਜਿਹੜਾ ਵਰਕਿੰਗ ਕਰ ਰਿਹਾ। ਇਹ ਸੀ ਸਾਡੇ ਨਾਲ PO ਸੈੱਲ ਦੇ ਇੰਚਾਰਜ DSP ਦਿਲਸ਼ੇਰ ਸਿੰਘ ਚੰਦੇਲ, ਜਿਨ੍ਹਾਂ ਨੇ ਦੱਸਿਆ ਵੀ ਪੂਰੇ ਸਾਲ ਵਿੱਚ 280 ਭਗੌੜੇ ਇਹਨਾਂ ਨੇ ਫੜ ਕੇ ਅੰਦਰ ਕੀਤੇ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਨਰਿੰਦਰ ਸੋਨੀ ਦੇ ਨਾਲ ਮੈਂ ਅਮਨ ਲੂਣਾ, ਦੈਨਿਕ ਸਵੇਰਾ TV।